हाँ जी, सत श्री अकाल जी सारिआं नूं। मैं 41 सिलेक्टेड कैंडीडेट। कोर्ट दे फैसले तो बाद जो स्थिति साडी सारिआं दी बणी हुई है उह सारे जाणदे ही आ। सारे अपना रोटी पाणी तक छड्डी बैठे ने, जां कह लो हल्के तों थल्ले रोटी पाणी जिहड़ा वा नहीं जा रिहा, है ना। इक स्टैप पिछे असीं मतलब की आ बैठे सीगे ते साडे सिर ते पहाड़ वांगू आ के कोर्ट दा फैसला जिहड़ा वा उह डिग पिआ। फैसला की होया, है ना, हजे मतलब की आ उह डिपार्टमेंट जां कह दईए ਆਪਾਂ ਨੂੰ ਪਤਾ ਨਹੀਂ ਹੈਗਾ ਮਤਲਬ ਕਿ ਆਰਡਰਾਂ ਦੇ ਵਿੱਚ ਲਿਖਿਆ ਕੀ ਹੋਇਆ, ਹੈ ਨਾ। ਮਤਲਬ ਜਿੰਨਾ ਚਿਰ ਉਹ ਨਹੀਂ ਆਉਂਦੇਗੇ ਉਦੋਂ ਤੱਕ ਥੋੜ੍ਹੀ ਜਿਹੀ ਫਿਰ ਵੀ ਚਿੰਤਾ ਹੀ ਹੈ, ਹੈ ਨਾ। ਅਤੇ ਇਸ ਸਥਿਤੀ 'ਚ ਆਪਣੀ ਹੁਣ ਮਦਦ ਕੌਣ ਕਰ ਰਿਹਾ ਵਾ? ਕੋਈ ਵੀ ਨਹੀਂ ਕਰ ਰਿਹਾ, ਹੈ ਨਾ। ਅਸੀਂ ਇੱਕ ਦੂਜੇ ਨਾਲ ਫੋਨ 'ਤੇ ਲੱਗੇ ਪਏ ਹਾਂ, ਹੈ ਨਾ। ਦਿਲ ਨੂੰ ਦਿਲਾਸੇ ਕਹਿ ਲਓ ਦੇ ਰਹੇ ਹੈਗੇ ਹਾਂ, ਜਿਵੇਂ, ਹੈ ਨਾ, ਠੀਕ ਲੱਗਦਾ ਹੈਗਾ ਆਪਾਂ ਮਤਲਬ ਆਪਣੇ ਮਨ ਸਮਝਾਉਣ ਵਾਲੀ ਗੱਲ ਜਿਹੜੀ ਆ ਕੀਤੀ ਹੋਈ ਹੈ, ਹੈ ਨਾ। ਹੁਣ ਇਸ ਸਥਿਤੀ ਦੇ ਵਿੱਚ ਸਾਨੂੰ ਸਾਡਾ ਜਿਹੜਾ 41 ਯੂਨੀਅਨ ਦਾ ਆਗੂ ਕੌਣ ਆ ਸਾਡਾ, ਜਿਹੜੀ ਮਦਦ ਕਰ ਰਿਹਾ ਸਾਡੀ, ਹੈ ਨਾ, ਕਿ ਜਿਹੜਾ ਸਾਨੂੰ ਡਿਪਾਰਟਮੈਂਟ ਵੱਲੋਂ ਖਬਰ ਲਿਆ ਕੇ ਦੇ ਰਿਹਾ, ਕੋਈ ਹੈਗਾ ਕੋਈ ਇੱਦਾਂ ਦਾ ਜਿਹੜਾ ਮਤਲਬ ਸਾਡੀ ਮਦਦ ਕਰ ਰਿਹਾ ਵਾ, ਕਿ ਸਾਡੇ ਮੂਹਰੇ ਜਿਹੜੀ ਸਥਿਤੀ ਸਾਫ਼ ਕਰ ਰਿਹਾ ਵਾ, ਜਾਂ ਮੂਹਰੇ ਲੱਗ ਕੇ ਸਾਨੂੰ ਪੂਰਾ ਭਰੋਸਾ ਦੇ ਰਿਹਾ ਕਿ ਹਾਂਜੀ ਅਸੀਂ ਇਹ ਭਰਤੀ ਪੂਰੀ ਕਰਵਾ ਕੇ ਹੀ ਦਮ ਲੈਣਾ ਵਾ। ਕੋਈ ਬਿਆਨ ਨਹੀਂ, ਕੋਈ ਬਿਆਨਬਾਜ਼ੀ ਨਹੀਂ, ਕੋਈ ਕਿੰਤੂ ਪਰੰਤੂ ਨਹੀਂ। ਸਾਰੇ ਕੋਰਟ ਦੇ ਆਰਡਰਾਂ ਨੂੰ ਜਿਹੜਾ ਵਾ ਉਡੀਕਦੇ ਪਏ ਨੇ। ਕੋਰਟ ਦੇ ਆਰਡਰ ਫਿਰ ਬੋਲਾਂਗੇ, ਹੈ ਨਾ। ਅਸੀਂ ਦੇਖੋ, ਤੁਸੀਂ ਜਿਹੜੀ ਭਰਤੀ ਪੂਰੀ ਹੋਣੀ ਚਾਹੀਦੀ ਸੀ ਅੱਜ ਤੋਂ 15 ਦਿਨ ਜਾਂ 20 ਦਿਨ ਪਹਿਲਾਂ, ਤਾਂ ਉਹ ਜਿਹੜੀ ਆ ਹੋ ਸਕਦਾ ਹੁਣ ਮਹੀਨਾ ਸਾਡੀ ਜੁਆਇਨਿੰਗ ਲੇਟ ਹੋ ਜੇ, ਹੋ ਸਕਦਾ 15 ਦਿਨ, ਹੋ ਸਕਦਾ ਸਾਨੂੰ ਅਪ੍ਰੈਲ ਦੇ ਵਿੱਚ ਹੀ ਇਹ ਲੈ ਕੇ ਜਾ ਵੜਨ, ਹੈ ਨਾ। ਸੋ ਸਾਥੀਓ, ਘਰਾਂ ਦੇ ਵਿੱਚ ਨਿਕਲੋ, ਠੀਕ ਆ, ਆਪਣੇ ਆਪੋ ਆਪਣੇ ਘਰਾਂ ਦੇ ਵਿੱਚੋਂ ਨਿਕਲੋ। ਅਤੇ ਜੋ ਸਮੂਹ ਕੇਡਰ ਦੀ ਜਿਹੜੀ ਆਵਾਜ਼ ਹੈਗੀ ਆ, 18 ਤਰੀਕ ਨੂੰ ਆਪਾਂ ਇਕੱਠੇ ਹੋਈਏ, ਹੈ ਨਾ, ਸਲਾਹ ਮਸ਼ਵਰਾ ਕੀਤਾ ਜਾਵੇ, ਜਾਂ ਅੱਗੇ ਦੀ ਜਿਹੜੀ ਰਣਨੀਤੀ ਜਿਹੜੀ ਹੈਗੀ ਆ ਉਹ ਤਿਆਰ ਕੀਤੀ ਜਾਵੇ। ਉਹ ਤਾਂ ਹੁਣ ਫਿਰ ਤਿਆਰ ਨੇ LPA 'ਤੇ, LPA ਲਾਉਣ ਨੂੰ, ਹੈ ਨਾ। ਉਹਨਾਂ ਨੇ ਟਿਕਣਾ ਨਹੀਂ ਹੈਗਾ ਗਾ ਅੱਗੇ, ਉਹਨਾਂ ਨੇ ਮਤਲਬ ਜੇ ਦੀ ਬਹੁਤ ਰੁਪਈਏ ਇਕੱਠੇ ਕੀਤੇ ਨੇ, ਹੁਣ ਤਾਂ ਉਹਨਾਂ ਨੇ 1000 2000 ਹਜ਼ਾਰ ਕਰਕੇ LPA ਪਾਉਣੀ ਆ, ਠੀਕ ਆ ਜੀ। ਅਤੇ ਜਦੋਂ ਤੱਕ ਅਸੀਂ ਕੋਈ ਸਾਨੂੰ ਆਰਡਰ ਜੁਆਇਨਿੰਗ ਦੀ ਕਹਿ ਲਓ ਡੇਟ ਆਉਣੀ ਹੈਗੀ ਆ, ਉਦੋਂ ਪਹਿਲਾਂ ਪਹਿਲਾਂ ਤਾਂ LPA ਦੀਆਂ ਤਰੀਕਾਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ। ਸੋ ਇਸ ਕਰਕੇ ਹੁਣ ਸਾਡੀ ਨੁਮਾਇੰਦਗੀ ਜਿਹੜੀ ਹੈਗੀ ਆ ਕਰਨ ਵਾਲੇ ਕੌਣ ਹੈਗੇ ਨੇ, ਜਾਂ ਕਿਹਨੂੰ ਲੱਗਣਾ ਪੈਣਾ, ਹੈ ਨਾ, ਤਾਂ ਸੋਚਣ ਵਾਲੀ ਗੱਲ ਹੈਗੀ ਆ ਕਿ ਸਾਨੂੰ ਕੌਣ ਮਤਲਬ ਕੀ ਆਸਰਾ ਦਊਗਾ, ਹੈ ਨਾ। ਅਸੀਂ ਕਿਹਦੇ ਮੋਢੇ 'ਤੇ ਰੱਖ ਕੇ ਮਤਲਬ ਕੀ ਅੱਗੇ ਜਿਹੜੀ ਹੈਗੀ ਆ ਰਣਨੀਤੀ ਤਿਆਰ ਕਰਾਂਗੇ। ਸੋ ਇਸ ਕਰਕੇ 18 ਤਰੀਕ ਨੂੰ ਸਾਰੇ ਜ਼ਰੂਰ ਇਕੱਠੇ ਹੋਵੋ, ਠੀਕ ਆ ਜੀ। ਗੱਲਾਂ ਦਾ ਕੜਾਹ ਨਾ ਬਣਾਓ, ਠੀਕ ਆ ਜੀ। ਆਪਾਂ ਗੱਲਾਂ ਦਾ ਕੜਾਹ ਜਾਂ ਨੈਗੇਟਿਵਿਟੀ ਨਹੀਂ ਫੈਲਾਉਣੀ ਹੈਗੀ ਜੀ। ਸੇਫ ਆ ਸਾਰੇ, ਕੋਈ ਗੱਲ ਨਹੀਂ। ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਮਿਲੇ ਹੈਗੇ ਨੇ, 1 ਨੰਬਰ 'ਤੇ 1.5 ਨੰਬਰ 'ਤੇ ਡਿਪਾਰਟਮੈਂਟ ਕੀ ਕਰਦਾ ਹੈਗਾ ਵਾ, ਕੀ ਨਹੀਂ ਕਰਦਾ ਹੈਗਾ, ਨਾ, ਉਹ ਗੱਲਾਂ ਜਿਹੜੀਆਂ ਹੈਗੀਆਂ ਨੇ ਹਜੇ ਦੂਰ ਹੈਗੀਆਂ ਨੇ। ਵਿੱਚ ਹੀ ਡਿਪਾਰਟਮੈਂਟ ਕਹਿ ਰਿਹਾ ਜੀ ਹਜੇ ਕੋਈ ਦਿੱਕਤ ਹੈਗੀ ਆ, ਜੁਆਇਨਿੰਗ ਲੇਟ ਹੋਣੀ ਆ। ਵਿੱਚ ਹੀ ਉਹ ਕਹਿ ਦਿੰਦੇ ਹੈਗੇ ਨੇ ਜੀ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਮਿਲੇ ਹੈਗੇ ਨੇ ਸੇਫ ਹੈਗੇ ਨੇ। ਸੋ ਇਸ ਕਰਕੇ ਤੁਸੀਂ ਆਪਾਂ ਨੂੰ ਕੀ ਆ ਏਕਾ ਦਿਖਾਉਣਾ ਪੈਣਾ ਵਾ। ਉਹ 25 30 50 ਬੰਦੇ ਦੇਖੋ ਭੂਤਰੇ ਸਾਨਾਂ ਵਾਂਗੂ ਤੁਰੇ ਫਿਰਦੇ ਨੇ, ਜਿਨ੍ਹਾਂ ਨੇ ਸਾਡੀ ਭਰਤੀ ਦਾ ਬੁਰਾ ਹਾਲ ਕਰਤਾ, ਤਾਂ ਸਾਨੂੰ ਵੀ ਤੁਰਨਾ ਪੈਣਾ ਵਾ, ਨਿਕਲਣਾ ਪੈਣਾ ਘਰਾਂ ਦੇ ਵਿੱਚੋਂ। ਤੁਸੀਂ ਇਹ ਗੱਲ ਲੜ ਬੰਨ ਲਓ ਜੇ ਤੁਸੀਂ ਭਰਤੀ ਪੂਰੀ ਕਰਾਉਣੀ ਆ, ਨਹੀਂ ਤਾਂ ਜਿਵੇਂ 2 ਮਹੀਨੇ ਬੈਠਿਆਂ ਨੇ ਕੱਢ ਤੇ ਆਈ ਬੈਠੇ ਆਪਾਂ, ਹੁਣ ਆਪਣਾ ਸਮਾਂ ਜਿਹੜਾ ਨਿਕਲ ਜਾਣਾ ਵਾ। ਹੁਣ ਤੁਸੀਂ ਦੇਖੋ ਵੀ ਕੋਈ ਵੀ ਆਗੂ ਨਹੀਂ ਬੋਲਿਆ ਗਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਗਾ, ਕੋਈ ਵੀ ਆਗੂ ਜਿਹੜਾ ਵਾ ਬੋਲ ਨਹੀਂ ਰਿਹਾ ਗਾ, ਕੋਈ ਵੀ ਆਗੂ ਮਤਲਬ ਕੀ ਆ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ ਗਾ, ਕਿਉਂਕਿ ਪਤਾ ਹੀ ਕੁਛ ਨਹੀਂ ਗਾ, ਸਥਿਤੀ ਵੀ ਸਾਫ਼ ਨਹੀਂ ਹੈਗੀ। ਅੱਗੇ ਕੀ ਕਰਨਾ ਉਹ ਨਹੀਂ ਸਾਫ਼ ਹੈਗਾ, ਡਿਪਾਰਟਮੈਂਟ ਸਾਨੂੰ ਕੀ ਕਹਿ ਰਿਹਾ ਉਹ ਨਹੀਂ ਸਾਨੂੰ ਪਤਾ ਹੈਗਾ, ਹੈ ਨਾ। ਆਪਸ ਵਿੱਚ ਜੱਕੜ ਮਾਰੀ ਜਾਂਦੇ ਹੈਗੇ ਆ। ਇਸ ਕਰਕੇ 18 ਤਰੀਕ ਨੂੰ ਬਾਹਰ ਆਓ, 18 ਤਰੀਕ ਨੂੰ ਮੈਥ ਸਾਇੰਸ ਸਾਰੇ ਸਬਜੈਕਟਾਂ ਦੇ ਕੇਡਰ ਜਿਹੜਾ ਵੱਧ ਤੋਂ ਵੱਧ ਪਹੁੰਚੋ, ਅਤੇ ਉੱਥੇ ਬਹਿ ਕੇ ਜਿਹੜੀ ਆ ਅਸੀਂ ਕਿਸੇ ਆਗੂ ਦੀ ਨਹੀਂ ਸੁਣਨੀ ਗੀ, ਅਸੀਂ 5 7 10 20 50 100 ਬੰਦਾ ਜਿੰਨੇ ਵੀ ਇਕੱਠੇ ਹੋਵਾਂਗੇ, ਠੀਕ ਆ, ਇੱਕ ਸਾਂਝੀ ਰਾਏ ਕਾਇਮ ਕਰੋ, ਅਤੇ ਜਿਹੜੇ ਯੋਗ ਹੋਣਗੇ ਉਹਨਾਂ ਨੂੰ ਮੌਕਾ ਦਿਓ ਕਿ ਉਹ ਅੱਗੇ ਲੱਗਣ, ਅਤੇ ਕਿਵੇਂ ਨਾ ਕਿਵੇਂ ਭਰਤੀ ਨੂੰ ਸਿਰੇ ਚਾੜਨ ਦੇ ਵਿੱਚ ਮਦਦ ਕੀਤੀ ਜਾਵੇ, ਠੀਕ ਆ। 10 10 ਦੇ ਟੋਲੇ ਬਣਾ ਕੇ, 12 12 ਦੇ ਟੋਲੇ ਬਣਾ ਕੇ, 5 5 ਦੇ ਟੋਲੇ ਬਣਾ ਕੇ ਡਿਪਾਰਟਮੈਂਟ ਦੇ ਵਿੱਚ ਗੇੜਾ ਅਤੇ ਗੇੜਾ ਜਿਹੜਾ ਵਾ ਰੱਖਣਾ ਪੈਣਾ ਵਾ। 37 04 ਵਾਲੇ ਬੰਦੇ ਦੇਖੋ ਅੱਜ ਉਹ ਬਦਲੀਆਂ ਕਰਾਉਣ ਦੇ ਲਈ, ਸ਼ਾਇਦ ਹਰਜਿੰਦਰ ਸਿੰਘ ਆ ਪ੍ਰਧਾਨ, ਉਹ ਜਾਂਦੇ ਹੈਗੇ ਆ, ਹਫ਼ਤੇ ਬਾਅਦ ਜਾਂਦੇ ਆ। ਪ੍ਰਧਾਨਗੀ ਇਹ ਹੁੰਦੀ ਆ ਕਿ ਜਿਹੜਾ ਬੰਦਾ ਨੁਮਾਇੰਦਗੀ ਕਰਦਾ ਪਿਆ ਵਧੀਆ ਢੰਗ ਦੇ ਨਾਲ। ਸਾਡੀ ਨੁਮਾਇੰਦਗੀ ਨਹੀਂ ਕੀਤੀ ਕਿਸੇ ਨੇ ਵਧੀਆ ਢੰਗ ਦੇ ਨਾਲ, ਠੀਕ ਹੈ ਜੀ, ਵਧੀਆ ਢੰਗ ਦੇ ਨਾਲ ਕੋਈ ਨਿਤਰਿਆ ਹੀ ਨਹੀਂ। ਜੇ ਇੱਕ ਬੰਦਾ ਜਿਗਰਾ ਕਰਦਾ ਵਾ ਤਾਂ ਉਹਨੂੰ ਰੋਕਣ ਵਾਲੇ ਤੁਹਾਨੂੰ ਪਤਾ ਹੀ ਆ, ਨਾਲ ਹੀ ਫਿਰ ਵੀਡੀਓ ਪਾ ਦਿੰਦੇ ਆ ਵੀ ਆਏ ਨਹੀਂ ਜੀ ਹੋ ਗਿਆ, ਆਏ ਨਹੀਂ ਜੀ ਹੋ ਗਿਆ। ਇੱਕ ਬੰਦਾ ਜਿਗਰਾ ਕਰਕੇ ਸਾਹਮਣੇ ਆਉਂਦਾ ਵਾ, ਦੂਜਾ ਬੰਦਾ ਉਹਨੂੰ ਡਿਫੈਂਡ ਕਰਨ ਦੇ ਲਈ ਉਹਨੂੰ ਥੱਲੇ ਸਿੱਟਣ ਦੇ ਲਈ ਜ਼ੋਰ ਲਾ ਦਿੰਦਾ ਵਾ, ਅਤੇ ਭਰਤੀ ਸਾਡੀ ਸਵਾਹ ਪੂਰੀ ਹੋਣੀ ਆ। ਜਿਨ੍ਹਾਂ 'ਤੇ ਆਪਾਂ ਉਮੀਦਾਂ ਰੱਖੀ ਬੈਠੇ ਹਾਂ ਨਾ, ਉਹਨਾਂ ਨੇ ਸਾਡਾ ਸਾਨੂੰ ਪਾਰ ਨਹੀਂ ਲਾਉਣਾ ਹੈਗਾ, ਠੀਕ ਹੈ ਜੀ। ਜਾਂ ਫਿਰ ਉਹਨਾਂ ਨਾਲ ਸਿੱਧਾ ਸਿੱਧੀ ਗੱਲ ਕਰਨੀ ਪੈਣੀ ਆ ਕਿ ਹਾਂਜੀ ਦੱਸੋ ਤੁਹਾਡੀ ਤੁਸੀਂ ਕੀ ਕਰੋਗੇ। ਸੋ ਵਿਚਾਰ ਕਰ ਲਿਓ ਮੇਰੀ ਇਸ ਗੱਲ 'ਤੇ, ਨਹੀਂ ਘਰ ਬੈਠੇ ਮਾਰੇ ਜਾਵਾਂਗੇ ਆਪਾਂ ਸਾਰੇ ਜਾਣੇ।
ਥੋੜ੍ਹਾ ਜਿਹਾ ਨਾ ਸੁਰਤ ਸੰਭਾਲ ਲਓ ਸਾਰੇ ਜਣੇ ਆਪਣੇ, ਠੀਕ ਆ ਜੀ। ਨਿਕਲੋ ਅਤੇ 18 ਤਰੀਕ ਨੂੰ ਪਹੁੰਚੋ ਸਾਰੇ ਜਣੇ, ਜੇ ਨੌਕਰੀ ਲੈਣੀ ਆ, ਨਹੀਂ ਤਾਂ ਜੀ ਫਿਰ ਘਰੇ ਤਾਂ ਬੈਠੇ ਹੀ ਆਪਾਂ ਸਾਰੇ, ਨੌਕਰੀਆਂ ਛੱਡੀ, ਠੀਕ ਆ ਜੀ।